ਸਤਿ ਸ਼੍ਰੀ ਅਕਾਲ ਦੋਸਤੋ, ਹਾਂਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਹੋਤਾ ਬਨਾਵਾਲੀ ਨਾਲ ਸਾਡੇ ਵੀਰ ਗੋਰੀ ਮੋਬਾਈਲਾਂ ਦੀ ਦੁਕਾਨ ਹੈ ਜੀ ਮਾਨਸਾ ਤੋਂ, ਤੇ ਜੋਨੀ ਜੀ ਜੁਗਨੀ ਜੀ ਇਹ ਵੀ ਗੋਰੀ ਦੇ ਨਾਲ ਹੀ ਹੈ ਜੀ, ਤੇ ਇੱਕ ਸਾਡੇ ਵੀਰ ਪਿੱਛੇ ਬੈਠੇ ਆ ਜੀ ਜਗਸ਼ੀਰ ਸਿੰਘ ਜੀ। ਤੇ ਹੁਣ ਮਾਨਸਾ ਲਗਾਣਾ ਜੀ, ਤੇ ਸਾਡਾ ਵੀਰ ਵੀਰ ਗੁਬਨਾ ਰਿਹਾ ਮਾਨਸਾ ਦੀ ਤਿੰਨ ਕੂਣੀ ਤੇ ਲੱਤ ਲਾਲਦੀ ਰਹਿੰਦੀ ਸੀ, ਮੋਰਾ ਉੱਤੇ ਖੜਦੀ ਰਹਿੰਦੀ ਸੀ, ਕੱਲ ਜੱਗਦੇ ਵਾਂਗ ਬਥਾ ਦੀ ਮਾਨਸਾ ਦੀ ਤਿੰਨ ਕੂਣੀ ਤੇ ਕੱਲ ਯਾਦਾਂ ਨੇ ਮਦੀਦ ਖੜਕਾ ਤੀ, ਮਾਨਸਾ ਦੀ ਤਿੰਨ ਕੂਣੀ ਤੇ ਕੱਲ ਯਾਦਾਂ ਨੇ ਮਦੀਦ ਖੜਕਾ ਤੀ, ਮਾਨਸਾ ਦੀ ਤਿੰਨ ਕੂਣੀ ਤੇ ਚਾਉਣਾ ਖਾਣਾ ਫੈਲਦਾ ਸ਼ਿਕਾਰੀ ਬਣਿਆ, ਮਾਨਸਾ ਦੇ ਵਿੱਚ ਮੇਰਾ ਨਾਂ ਬਣਿਆ, ਬਾਣਾਵਾਲੀ ਦੇ ਵਿੱਚ ਗੱਲਾਂ ਹੁੰਦੀਆਂ, ਪੰਜਾਬ ਦੀ ਮੁੰਡਣੀ ਛਾਨ ਬਣਿਆ, ਪੱਖ ਦੀ ਹੋਈ ਗਰਮੀ ਕਤਾ ਤੀ, ਮਾਨਸਾ ਦੀ ਤਿੰਨ ਕੂਣੀ ਤੇ ਕੱਲ ਯਾਦਾਂ ਨੇ ਮਦੀਦ ਖੜਕਾ ਤੀ, ਮਾਨਸਾ ਦੀ ਤਿੰਨ ਕੂਣੀ ਤੇ ਕੱਲ ਯਾਦਾਂ ਨੇ ਮਦੀਦ ਖੜਕਾ ਤੀ, ਮਾਨਸਾ ਦੀ ਤਿੰਨ ਕੂਣੀ ਤੇ। ਹਾਂਜੀ ਥੈਂਕ ਯੂ ਜੀ, ਦਿਲੋਂ ਲਵ ਯੂ, ਤੇ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰਨਾ, ਜੇ ਵੀਡੀਓ ਚੰਗੀ ਲੱਗੀ ਤਾਂ ਦੱਬ ਕੇ ਸ਼ੇਅਰ ਕਰ ਦਿਉ, ਅਤੇ ਗੁਰਪ੍ਰੀਤ ਸਹੋਤਾ ਬਨਾਵਾਲੀ ਨਾਂ 'ਤੇ ਆਪਣਾ ਚੈਨਲ ਆ, ਅਤੇ ਬਹੁਤ ਨੂੰ ਜਿਨ੍ਹਾਂ ਨੂੰ ਪਤਾ ਗਾ ਉਹਨਾਂ ਨੇ ਤਾਂ ਕਦੇ ਹੀ ਹੋਇਆ ਸਬਸਕ੍ਰਾਈਬ, ਸ਼ੇਅਰ ਕਰੋ ਜੀ, ਦੱਬ ਕੇ ਬਾਈ ਨੂੰ ਸਪੋਰਟ ਕਰੋ।